ਸੋ ਅੱਜ ਅਸੀਂ ਆ ਗਏ ਹਾਂ ਰਾਜਪੁਰਾ ਦੇ ਮਿੰਨੀ ਸੈਕਟਰੀਏਟ ਦੇ ਵਿੱਚ। ਤੁਸੀਂ ਇੱਕ ਕਹਾਵਤ ਜ਼ਰੂਰ ਸੁਣੀ ਹੋਣੀ, ਦੀਵੇ ਤਲੇ ਹਨੇਰਾ। ਇਹ ਕਹਾਵਤ ਕਿਸੇ ਨੇ ਇਸ ਤਰ੍ਹਾਂ ਹੀ ਨਹੀਂ ਬਣਾਈ ਸੀ, ਇਹਦਾ ਕੁਛ ਮਤਲਬ ਸੀ। ਇਹਦਾ ਮਤਲਬ ਇਹ ਸੀ ਕਿ ਜਿਹੜਾ ਦੀਵਾ ਹੁੰਦਾ ਹੈ ਉਹ ਸਾਰੇ ਜੱਗ ਨੂੰ ਜਿਹੜਾ ਹੈ ਰੋਸ਼ਨੀ ਕਰਦਾ, ਲੇਕਿਨ ਉਹਦੇ ਥੱਲੇ ਜਿਹੜਾ ਹੈ ਆਪਣੇ ਥੱਲੇ ਉਹ ਹਨੇਰਾ ਹੁੰਦਾ। ਸੋ ਮਿੰਨੀ ਸੈਕਟਰੀਏਟ ਦੀ ਸਟੋਰੀ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਨਾ, ਕਿਉਂਕਿ ਮਿੰਨੀ ਸੈਕਟਰੀਏਟ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੋਂ ਪੂਰਾ ਸ਼ਹਿਰ ਓਪਰੇਟ ਕੀਤਾ ਜਾਂਦਾ ਹੈ। ਸੋ ਜੇ ਸੁਰੱਖਿਆ ਦੀ ਗੱਲ ਕੀਤੀ ਜਾਵੇ, ਜਿੱਥੇ ਮਿੰਨੀ ਸੈਕਟਰੀਏਟ ਦੇ ਵਿੱਚ CCTV ਕੈਮਰਿਆਂ ਦੀ ਕੋਈ ਵਿਵਸਥਾ ਨਹੀਂ ਹੈ, ਜੇ ਹੈ ਤਾਂ ਉਹ ਚੱਲ ਨਹੀਂ ਰਹੇ। ਦੂਜੇ ਪਾਸੇ ਦਿਖਾਉਂਦਾ, ਜੇ ਉਰੇ ਕੋਈ ਅੱਗ ਜਣੀ ਦੀ ਘਟਨਾ ਹੋ ਜਾਵੇ, ਕੋਈ ਅੱਗ ਲੱਗ ਜਾਵੇ, ਰੱਬ ਨਾ ਕਰੇ, ਤਾਂ ਮੈਂ ਤੁਹਾਨੂੰ ਦਿਖਾਉਂਦਾ, ਆ ਦੇਖੋ। ਸਾਰੇ ਕੁਰਸੀਆਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ, ਇਹ ਮਿੰਨੀ ਸੈਕਟਰੀਏਟ ਦੀ ਕੁਰਸੀਆਂ ਤੁਸੀਂ ਦੇਖ ਸਕਦੇ ਹੋ ਕਿ ਪਬਲਿਕ ਕਿੱਥੇ ਆ ਕੇ ਬੈਠੇਗੀ। ਅਫਸਰ ਤਾਂ ਜਿਹੜੇ ਹੈ AC ਕਮਰਿਆਂ ਦੇ ਵਿੱਚ ਬੜੇ ਆਰਾਮ ਫਰਮਾ ਰਹੇ ਹੈ, ਵਧੀਆ ਵਧੀਆ ਕੁਰਸੀਆਂ 'ਤੇ ਬੈਠੇ ਹੈ, ਲੇਕਿਨ ਜਿਹੜੀ ਪਬਲਿਕ ਕੰਮ ਕਰਾਉਣ ਵਾਸਤੇ ਆਉਂਦੀ ਹੈ ਉਹ ਕਿੱਥੇ ਬੈਠੇ। ਜਿਹੜਾ ਹੈ ਆ ਚੁੱਕੇ ਹਾਂ ਰਾਜਪੁਰਾ ਦੇ ਮਾਨਯੋਗ SDM ਸਾਹਿਬ ਦੇ ਦਫ਼ਤਰ ਦੇ ਕੋਲ। ਤੁਸੀਂ ਦੇਖ ਸਕਦੇ ਹੋ ਕਿ ਇਹ ਮਾਨਯੋਗ SDM ਸਾਹਿਬ ਦਾ ਦਫ਼ਤਰ ਹੈ, ਅਤੇ ਉਰੇ ਹਾਲਤ ਦਿਖਾਵਾਂਗਾ, ਤੁਸੀਂ CCTV ਕੈਮਰੇ ਦੇਖੋ ਜਿੱਥੇ ਵੱਡੇ ਅਫਸਰ ਬੈਠਦੇ ਹੈ, ਜਿੱਥੇ ਮਾਨਯੋਗ SDM ਸਾਹਿਬ ਬੈਠਦੇ ਹੈ, ਮਾਨਯੋਗ DSP ਸਾਹਿਬ ਬੈਠਦੇ ਹੈ, ਜਿਨ੍ਹਾਂ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਹੈ, ਕੱਲ੍ਹ ਨੂੰ ਕੁਛ ਵੀ ਹੋ ਸਕਦਾ। ਇਹ ਤਸਵੀਰਾਂ ਦਿਖਾ ਰਹੇ ਤੁਹਾਨੂੰ ਲਗਾਤਾਰ News 18 ਪੰਜਾਬ 'ਤੇ ਕਿ ਸਫਾਈ ਦੇ ਨਾਂ 'ਤੇ ਤੁਸੀਂ ਦੇਖੋ, ਜਦ SDM ਸਾਹਿਬ ਦੇ ਦਫ਼ਤਰ ਦੇ ਬਾਹਰ ਹੀ ਸਫਾਈ ਨਹੀਂ ਹੈ, ਤਾਂ ਰਾਜਪੁਰੇ ਸ਼ਹਿਰ ਨੂੰ ਸਫਾਈ ਕਰਾਉਣ ਵਾਲੇ, ਆਰਡਰ ਦੇਣ ਵਾਲੇ SDM ਸਾਹਿਬ ਜੋ ਆਪਣੇ ਦਫ਼ਤਰ ਦੇ ਬਾਹਰ ਸਫਾਈ ਨਹੀਂ ਕਰਵਾ ਸਕਦੇ, ਉਹ ਰਾਜਪੁਰੇ ਨੂੰ ਕਿਸ ਤਰ੍ਹਾਂ ਸਾਫ਼ ਸੁਥਰਾ ਰੱਖਣਗੇ, ਇਹ ਸਵਾਲ ਜਿਹੜਾ ਹੈ ਅਸੀਂ ਨਹੀਂ, ਇਹ ਲੋਕ ਜਿਹੜੇ ਹੈ ਰਾਜਪੁਰਾ ਸ਼ਹਿਰ ਦੇ ਲੋਕ ਜਿਹੜੇ ਪੁੱਛਣਾ ਚਾਹੁੰਦੇ ਹੈ ਮਾਨਯੋਗ SDM ਸਾਹਿਬ ਨੂੰ।
ਸੋ ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਮੈਂ ਹਾਂ ਸੰਦੀਪ ਚੌਧਰੀ ਅਤੇ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 18 ਪੰਜਾਬ ਦੇ ਵਿੱਚ। ਸੋ ਅੱਜ ਅਸੀਂ ਆ ਗਏ ਹਾਂ ਰਾਜਪੁਰਾ ਦੇ ਮਿੰਨੀ ਸੈਕਟਰੀਏਟ ਦੇ ਵਿੱਚ। ਤੁਸੀਂ ਇੱਕ ਕਹਾਵਤ ਜ਼ਰੂਰ ਸੁਣੀ ਹੋਣੀ, ਦੀਵੇ ਤਲੇ ਹਨੇਰਾ। ਇਹ ਕਹਾਵਤ ਕਿਸੇ ਨੇ ਇਸ ਤਰ੍ਹਾਂ ਹੀ ਨਹੀਂ ਬਣਾਈ ਸੀ, ਇਹਦਾ ਕੁਛ ਮਤਲਬ ਸੀ। ਇਹਦਾ ਮਤਲਬ ਇਹ ਸੀ ਕਿ ਜਿਹੜਾ ਦੀਵਾ ਹੁੰਦਾ ਉਹ ਸਾਰੇ ਜੱਗ ਨੂੰ ਜਿਹੜਾ ਹੈ ਰੋਸ਼ਨੀ ਕਰਦਾ, ਲੇਕਿਨ ਉਹਦੇ ਥੱਲੇ ਜਿਹੜਾ ਹੈ ਆਪਣੇ ਥੱਲੇ ਉਹ ਹਨੇਰਾ ਹੁੰਦਾ। ਸੋ ਮਿੰਨੀ ਸੈਕਟਰੀਏਟ ਦੀ ਸਟੋਰੀ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਨਾ, ਕਿਉਂਕਿ ਮਿੰਨੀ ਸੈਕਟਰੀਏਟ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੋਂ ਪੂਰਾ ਸ਼ਹਿਰ ਓਪਰੇਟ ਕੀਤਾ ਜਾਂਦਾ। ਸੋ ਰਾਜਪੁਰਾ ਦੇ ਮਾਨਯੋਗ SDM ਸਾਹਿਬ ਤੋਂ ਲੈ ਕੇ ਹਰੇਕ ਵਿਭਾਗ ਦਾ ਅਫਸਰ ਜਿਹੜਾ ਹੈ ਇਸ ਮਿੰਨੀ ਸੈਕਟਰੀਏਟ 'ਚ ਬੈਠ ਕੇ ਰਾਜਪੁਰੇ ਦੇ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਹੱਲ ਕਰਦਾ। ਸੋ ਇੱਥੋਂ ਹੀ ਜਿਹੜੀ ਹੈ ਲੋਕਾਂ ਨੂੰ ਆ ਰਹੀ ਪਰੇਸ਼ਾਨੀਆਂ ਜਿਹੜੀਆਂ ਹੈ ਉੱਪਰ ਸਰਕਾਰ ਤੱਕ ਪਹੁੰਚਦੀਆਂ ਅਤੇ ਸਰਕਾਰ ਜਿਹੜਾ ਹੈ ਉਹਨਾਂ ਦਾ ਨਿਪਟਾਰਾ ਕਰਦੀ ਹੈ, ਉਹਨਾਂ ਦਾ ਹੱਲ ਕਰਦੀ ਹੈ। ਸੋ ਲਗਾਤਾਰ ਤੁਹਾਨੂੰ ਅੱਜ ਇਹ ਸਟੋਰੀ ਦਿਖਾਵਾਂਗੇ ਅਤੇ ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ ਅਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਨਾ ਤਾਂ ਕਿ ਮਿੰਨੀ ਸੈਕਟਰੀਏਟ ਦੀ ਜੋ ਅੱਜ ਹਾਲਤ ਹੈ ਉਹ ਤੁਹਾਨੂੰ ਦਿਖਾ ਸਕੀਏ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਅਤੇ ਦਿਖਾਉਂਦੇ ਹਾਂ ਕਿ ਲੋਕਾਂ ਨੂੰ ਰਾਹ ਦਿਖਾਉਣ ਵਾਲਾ ਮਿੰਨੀ ਸੈਕਟਰੀਏਟ ਅੱਜ ਕਿਸ ਹਾਲਤ ਦੇ ਵਿੱਚ ਹੈ। ਲਗਾਤਾਰ ਤੁਹਾਨੂੰ ਅੱਜ ਰਾਜਪੁਰਾ ਦੇ ਮਿੰਨੀ ਸੈਕਟਰੀਏਟ ਦੀ ਸਟੋਰੀ ਦਿਖਾ ਰਹੇ ਅਤੇ ਤੁਹਾਨੂੰ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਆਪਾਂ ਜਿਹੜੀ ਸਟੋਰੀ ਆ ਉਹ ਸ਼ੁਰੂ ਕਰਦੇ ਹਾਂ ਰਾਜਪੁਰਾ ਦੇ ਸੁਵਿਧਾ ਕੇਂਦਰ ਦੇ ਵਿੱਚ, ਕਿਉਂਕਿ ਸੁਵਿਧਾ ਕੇਂਦਰ ਦੇ ਵਿੱਚ ਲੋਕਾਂ ਦੇ ਜਿਹੜੇ ਹੈ ਉਹ ਕੰਮ ਜਿਹੜੇ ਹੈ ਪਹਿਲ ਦੇ ਆਧਾਰ 'ਤੇ ਕੀਤੇ ਜਾਂਦੇ ਆ। ਸਰਕਾਰ ਵੱਲੋਂ ਸੁਵਿਧਾ ਕੇਂਦਰ ਜਿਹੜੇ ਹੈ ਲੋਕਾਂ ਨੂੰ ਸੁਵਿਧਾ ਦੇਣ ਵਾਸਤੇ ਬਣਾਏ ਹੈ, ਲੇਕਿਨ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਸ ਤਰ੍ਹਾਂ ਦੀ ਸੁਵਿਧਾਵਾਂ ਉਰੇ ਮਿਲ ਰਹੀਆਂ। ਜਿਹੜਾ ਲੋਕਾਂ ਨੂੰ ਸੁਵਿਧਾਵਾਂ ਦੇਣ ਵਾਲਾ ਸੁਵਿਧਾ ਸੈਂਟਰ ਹੈ ਉਹਦੀ ਹਾਲਤ ਤੁਹਾਨੂੰ ਦਿਖਾਵਾਂਗਾ ਕਿ ਕਿਸ ਤਰ੍ਹਾਂ ਜਰਜਰ ਕਰਦੀ ਹਾਲਤ ਹੈ। ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਵਾਂਗਾ ਉਰੇ ਲੱਗੇ CCTV ਕੈਮਰੇ। ਇਹ ਦੇਖੋ, ਮੈਂ ਤੁਹਾਨੂੰ ਦਿਖਾ ਰਿਹਾ ਕਿ CCTV ਕੈਮਰੇ ਜਿਹੜੇ ਹੈ ਉਹ ਇਸ ਜਗ੍ਹਾ ਨੂੰ ਵਾਚ ਨਾ ਕਰਕੇ ਉਹ ਧਰਤੀ ਨੂੰ ਦੇਖ ਰਹੇ ਹੈ, ਜ਼ਮੀਨ ਨੂੰ ਦੇਖ ਰਹੇ ਹੈ, ਸ਼ਾਇਦ ਜ਼ਮੀਨ 'ਚ ਕੁਛ ਲੱਭ ਜਾਵੇ। ਅਤੇ ਦੂਜੀ ਪਾਸੇ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਫਰਸ਼, ਆਹ ਦੇਖੋ ਇਹ ਸਾਰੇ ਫਰਸ਼ ਜਿਹੜੇ ਆ ਟੁੱਟ ਚੁੱਕੇ ਆ। ਇਹ PWD ਦੇ ਅੰਡਰ ਜਿਹੜਾ ਹੈ ਮਿੰਨੀ ਸੈਕਟਰੀਏਟ ਆਉਂਦਾ ਉਹਨਾਂ ਵੱਲੋਂ ਜਿਹੜਾ ਬਣਾਇਆ ਗਿਆ ਸੀ, ਲੇਕਿਨ ਇਹਦੀ ਹਾਲਤ ਅੱਜ ਉਹ ਹੋ ਚੁੱਕੀ ਹੈ ਜੋ ਇੱਕ ਖੰਡਰ ਟਾਈਪ ਜਿਹਨੂੰ ਆਪਾਂ ਖੰਡਰ ਕਹਿੰਦੇ ਹਾਂ ਉਹਦੀ ਹਾਲਤ। ਅਤੇ ਮੈਂ ਤੁਹਾਨੂੰ ਦਰਵਾਜ਼ੇ ਦਿਖਾਵਾਂਗਾ, ਤੁਸੀਂ ਦੇਖ ਸਕਦੇ ਹੋ ਇਹ ਐਂਟਰੈਂਸ ਹੈ ਮਿੰਨੀ ਸੈਕਟਰੀਏਟ ਦੀ। ਦਰਵਾਜ਼ੇ ਦੇਖੋ ਸਾਰੇ ਫਰਸ਼ ਜਿਹੜੇ ਹੈ, ਬੈਂਕ ਹੈਗਾ ਉਰੇ ਲੋਕਾਂ ਨੂੰ ਸੁਵਿਧਾਵਾਂ ਦੇਣ ਵਾਲਾ ਬੈਂਕ SBI, ਉਹਦੇ ਅੱਗੇ ਦੇਖੋ ਇਹ ਲੋਕ ਜਦ ਉਰੇ ਐਂਟਰ ਕਰਦੇ ਹੋਣੇ, ਜਦ ਮਿੰਨੀ ਸੈਕਟਰੀਏਟ ਦੇ ਵਿੱਚ ਲੋਕ ਐਂਟਰ ਕਰਦੇ ਹੋਣੇ ਤਾਂ ਉਰੇ ਉਹਨਾਂ ਦੇ ਪੈਰ ਫਸ ਕੇ ਜਿਹੜਾ ਹੈ ਉਹ ਗਿਰਦੇ ਹੋਣੇ। ਤੁਸੀਂ ਦੇਖੋ ਇਹ ਸਾਰਾ ਫਰਸ਼ ਜਿਹੜਾ ਟੁੱਟ ਚੁੱਕਿਆ ਹੈ। ਸੋ ਮੈਂ ਤੁਹਾਨੂੰ ਲਗਾਤਾਰ ਮਿੰਨੀ ਸੈਕਟਰੀਏਟ ਦੀ ਸਟੋਰੀ ਦਿਖਾ ਰਿਹਾ, ਤੁਸੀਂ ਬਣੇ ਰਹੋ, ਆਪਾਂ ਅੱਗੇ ਤੁਹਾਨੂੰ ਦਿਖਾਉਂਦੇ ਹਾਂ। ਇਹ ਦੇਖੋ ਤੁਹਾਨੂੰ ਦਿਖਾਉਂਦੇ ਹਾਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਮਿੰਨੀ ਸੈਕਟਰੀਏਟ ਦੇ ਵਿੱਚ ਸਫਾਈ ਦੇ ਨਾਮ 'ਤੇ ਤੁਸੀਂ ਦੇਖੋ ਵੀ ਕੀ ਹਾਲਤ ਹੈ। ਆਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਿੰਨਾ ਜਿਹੜਾ ਗੰਦ ਜਿਹੜਾ ਹੈ ਉਰੇ ਤੁਸੀਂ ਦੇਖ ਸਕਦੇ ਹੋ ਮਿੰਨੀ ਸੈਕਟਰੀਏਟ ਦੇ ਵਿੱਚ। ਕੌਣ ਦੇਗਾ ਜਵਾਬ? ਰਾਜਪੁਰਾ ਦੇ ਮਾਨਯੋਗ SDM ਸਾਹਿਬ ਜਿਹੜੇ ਹੈ ਉਹਨਾਂ ਨੇ ਕਦੀ ਇਸ ਸੁਵਿਧਾ ਕੇਂਦਰ ਜਾਂ ਫਿਰ ਮਿੰਨੀ ਸੈਕਟਰੀਏਟ ਦਾ ਦੌਰਾ ਕਰਕੇ ਦੇਖਿਆ ਕਿ ਮਿੰਨੀ ਸੈਕਟਰੀਏਟ ਦੀ ਹਾਲਤ ਕਿਆ ਹੈ? ਕਿਸੇ ਅਫਸਰ ਨੇ ਕੋਈ ਆਪਣੀ ਜ਼ਿੰਮੇਵਾਰੀ ਸਮਝੀ ਕਿ ਮਿੰਨੀ ਸੈਕਟਰੀਏਟ ਦੀ ਹਾਲਤ ਕਿਆ ਹੈ? ਤੁਸੀਂ ਦੇਖੋ ਵੀ ਇਹ ਰਾਤ ਨੂੰ ਦਰਵਾਜ਼ੇ ਬੰਦ ਹੋ ਜਾਂਦੇ, ਲੇਕਿਨ ਇਹ ਦੇਖੋ ਨਾ ਕੋਈ ਸ਼ੀਸ਼ਾ ਹੈ, ਨਾ ਕੋਈ ਸਹੀ ਤਰੀਕੇ ਨਾਲ ਇਹ ਲੌਕ ਹੁੰਦਾ। ਰਾਤ ਨੂੰ ਕੋਈ ਚੋਰੀ ਹੋ ਜਾਵੇ, ਸੁਵਿਧਾ ਕੇਂਦਰ ਦੇ ਵਿੱਚ ਚੋਰੀ ਹੋ ਜਾਵੇ ਜਾਂ SDM ਆਫਿਸ ਦੇ ਵਿੱਚ ਕੋਈ ਚੋਰੀ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੋਏਗਾ? SDM ਸਾਹਿਬ ਜ਼ਿੰਮੇਵਾਰ ਹੋਣਗੇ ਜਾਂ ਫਿਰ ਰਾਜਪੁਰਾ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ? ਸੋ ਮੈਡਮ ਨੀਨਾ ਮਿੱਤਲ ਜਿਹੜੇ ਹੈ ਰਾਜਪੁਰਾ ਦੇ ਵਿਧਾਇਕ ਹੈ, ਉਹਨਾਂ ਨੂੰ ਅੱਜ ਇਹ ਤਸਵੀਰਾਂ ਜਿਹੜੀਆਂ ਹੈ ਅਸੀਂ ਲਗਾਤਾਰ ਦਿਖਾ ਰਹੇ ਕਿ ਮਿੰਨੀ ਸੈਕਟਰੀਏਟ ਦੇ ਵਿੱਚ ਜਿੱਥੇ
ਪੂਰੇ ਸ਼ਹਿਰ ਦੇ ਕੰਮ ਕੀਤੇ ਜਾਂਦੇ ਆ, ਲੋਕ ਉਰੇ ਆਉਂਦੇ ਆ ਆਪਣੀ ਪਰੇਸ਼ਾਨੀਆਂ ਲੈ ਕੇ, ਉਹਨਾਂ ਦਾ ਕੀ ਹਾਲ ਹੁੰਦਾ ਹੋਣਾ। ਮੈਂ ਤੁਹਾਨੂੰ ਸਿੱਧਾ ਲੈ ਕੇ ਚੱਲਦਾ, ਤੁਸੀਂ ਦੇਖ ਸਕਦੇ ਕਿ ਉਰੇ ਟੋਇਲਟ ਦਿਖਾਉਣਾ ਤੁਹਾਨੂੰ ਵੀ ਟੋਇਲਟ ਦਾ ਕਿਆ ਹਾਲ ਹੈ। ਲੋਕ ਜਦ ਇਸ ਮਿੰਨੀ ਸੈਕਟਰ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਪਿਆਸ ਵੀ ਲੱਗਦੀ ਹੈ, ਉਹਨਾਂ ਨੂੰ ਪਾਣੀ ਵੀ ਪੀਣਾ ਹੁੰਦਾ। ਤੁਸੀਂ ਦੇਖੋ ਇਹਨਾਂ ਹਾਲਤ ਦੇਖੋ ਤੁਸੀਂ, ਇਹ ਜਿਹੜੇ ਵਾਟਰ ਕੂਲਰ ਹੈ ਇਹਨਾਂ ਦੀ ਹਾਲਤ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ। ਇਹ ਦੇਖੋ, ਇਹ ਲੱਗਦਾ ਕਿ ਕਦੀ ਚੱਲੇ ਹੀ ਨਹੀਂ। ਅਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਨਾਮ ਦੇ ਜਿਹੜੇ ਹੈ, ਨਾਮ ਦਾ ਮਿੰਨੀ ਸੈਕਟਰੀਏਟ ਜਿਹੜਾ ਬਣਿਆ, ਅੰਦਰ ਟੋਇਲਟ ਤੁਹਾਨੂੰ ਦਿਖਾਊਂਗਾ ਮੈਂ। ਕਾਫ਼ੀ ਸਮੈਲ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ। ਆਪਾਂ ਟੋਇਲਟ ਦੇ ਅੰਦਰ ਆ ਗਏ, ਮਿੰਨੀ ਸੈਕਟਰੀਏਟ ਦੇ ਮੇਨ ਟੋਇਲਟ ਹੈ ਇਹ, ਤੁਸੀਂ ਦੇਖੋ ਹਾਲ। ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਦਿਖਾਉਣਗੇ, ਸਮੈਲ ਬਹੁਤ ਹੈ। ਅਤੇ ਪਾਣੀ ਦੇਖੋ ਕਿੰਨਾ ਵੇਸਟ ਹੋ ਰਿਹਾ, ਲਗਾਤਾਰ ਪਾਣੀ ਵਗ ਰਿਹਾ। ਦੇਖੋ ਪਾਣੀ ਲਗਾਤਾਰ ਜਿਹੜਾ ਹੈ ਵੇਸਟ ਹੋ ਰਿਹਾ। ਅਤੇ ਮਿੰਨੀ ਸੈਕਟਰੀਏਟ ਦੀ ਹਾਲਤ ਤੁਹਾਨੂੰ ਲਗਾਤਾਰ ਨਿਊਜ਼ 89 ਪੰਜਾਬ ਇਨ ਤਸਵੀਰਾਂ ਦੇ ਵਿੱਚ ਦਿਖਾ ਰਹੇ। ਅਤੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਦੇ ਵਿੱਚ, ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਆਖਰ ਇਹਦਾ ਜ਼ਿੰਮੇਵਾਰ ਕੌਣ ਹੈ। ਲੋਕਾਂ ਨੂੰ ਸੁਵਿਧਾਵਾਂ ਦੇਣ ਵਾਲਾ ਮਿੰਨੀ ਸੈਕਟਰੀਏਟ ਅੱਜ ਆਪ ਜਿਹੜੀ ਹੈ ਸੁਵਿਧਾ ਦੀ ਆਸ ਕਰ ਰਿਹਾ ਅਫਸਰਾਂ ਕੋਲੋਂ, ਸਰਕਾਰ ਕੋਲੋਂ। ਦੇਖੋ ਤੁਸੀਂ ਇਹ ਹਾਲ ਦੇਖੋ, ਜਾਲੀਆਂ ਜਿਹੜੀ ਟੁੱਟ ਚੁੱਕੀਆਂ ਇੱਥੇ ਤੁਸੀਂ ਦੇਖੋ, ਕਦੀ ਜ਼ਿੰਦਗੀ ਦੇ ਵਿੱਚ ਸਫਾਈ ਨਹੀਂ ਹੋਈ। ਕੀ ਕਹਿਣਾ ਚਾਹੋਗੇ? ਲੋਕ ਜਿਹੜੇ ਹੈ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਮਿੰਨੀ ਸੈਕਟਰੀਏਟ ਦੇ ਵੱਲ ਵੀ ਧਿਆਨ ਦਿਓ, ਵੀ ਮਿੰਨੀ ਸੈਕਟਰੀਏਟ ਦਾ ਕਿਆ ਹਾਲ ਹੈ। ਲਗਾਤਾਰ ਸਾਰੇ ਫਰਸ਼ ਟੁੱਟੇ ਪਏ ਹੈ ਅਤੇ ਬੁਰਾ ਹਾਲ ਹੈ ਮਿੰਨੀ ਸੈਕਟਰੀਏਟ ਦਾ। ਲਗਾਤਾਰ ਤੁਹਾਨੂੰ ਮਿੰਨੀ ਸੈਕਟਰੀਏਟ ਦੀ ਸਟੋਰੀ ਦਿਖਾ ਰਿਹਾ, ਤੁਹਾਨੂੰ ਅੱਗੇ ਵੀ ਦਿਖਾਵਾਂਗੇ, ਤੁਸੀਂ ਬਣੇ ਰਹੋ, ਹਜੇ ਖਬਰ ਜਿਹੜੀ ਹੈ ਉਹ ਖਤਮ ਨਹੀਂ ਹੋਈ। ਸੋ ਲਗਾਤਾਰ ਤੁਹਾਨੂੰ ਮਿੰਨੀ ਸੈਕਟਰੀਏਟ ਦੀ ਸਟੋਰੀ ਦਿਖਾ ਰਹੇ ਅਤੇ ਹੁਣ ਅਸੀਂ ਜਿਹੜਾ ਹੈ ਆ ਚੁੱਕੇ ਹਾਂ ਰਾਜਪੁਰਾ ਦੇ ਮਾਨਯੋਗ SDM ਸਾਹਿਬ ਦੇ ਦਫ਼ਤਰ ਦੇ ਕੋਲ। ਤੁਸੀਂ ਦੇਖ ਸਕਦੇ ਹੋ ਕਿ ਇਹ ਮਾਨਯੋਗ SDM ਸਾਹਿਬ ਦਾ ਦਫ਼ਤਰ ਹੈ ਅਤੇ ਉਰੇ ਹਾਲਤ ਦਿਖਾਵਾਂਗਾ। ਤੁਸੀਂ CCTV ਕੈਮਰੇ ਦੇਖੋ ਜਿੱਥੇ ਵੱਡੇ ਅਫਸਰ ਬੈਠਦੇ ਹੈ, ਜਿੱਥੇ ਮਾਨਯੋਗ SDM ਸਾਹਿਬ ਬੈਠਦੇ ਹੈ, ਮਾਨਯੋਗ DSP ਸਾਹਿਬ ਬੈਠਦੇ ਹੈ, ਜਿਨ੍ਹਾਂ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਹੈ। ਕੱਲ੍ਹ ਨੂੰ ਕੁਛ ਵੀ ਹੋ ਸਕਦਾ ਅਤੇ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਪਹਿਲ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ। ਲੇਕਿਨ ਉਰੇ ਕੈਮਰੇ ਜਿਹੜੇ ਹੈ ਉਹ ਕੈਮਰਿਆਂ ਦੇ ਨਾਂ 'ਤੇ ਸਿਰਫ ਇੱਕ ਡੰਮੀ ਜਿਹੜੀ ਹੈ ਲੱਗ ਰਹੀ ਹੈ, ਕੋਈ ਕੈਮਰਾ ਨਹੀਂ ਚੱਲ ਰਿਹਾ ਉਰੇ। ਅਤੇ ਤੁਸੀਂ ਦੇਖ ਸਕਦੇ ਹੋ ਕਿ ਬੂਟੀ ਦੇਖੋ, ਜਦ ਇਹਨਾਂ ਤੋਂ ਪੁੱਛਿਆ ਜਾਂਦਾ ਕਿ ਆਖਿਰ ਇਹ ਬੂਟੀ ਇੰਨੀ ਕਿਉਂ ਉਰੇ ਖੜੀ ਹੈ, ਤਾਂ ਜਵਾਬ ਜਿਹੜਾ ਮਿਲਦਾ ਕਿ ਰਾਜਪੁਰੇ ਦੀ ਨਗਰ ਕੌਂਸਲ ਜਿਹੜੀ ਹੈ ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈ ਅਤੇ ਆਪਣਾ ਪੱਲਾ ਝਾੜਿਆ ਜਾਂਦਾ ਸਿਰਫ ਅਤੇ ਕੰਮ ਦੇ ਨਾਂ 'ਤੇ ਸਿਰਫ ਗੱਲਾਂ ਕਰਨੀਆਂ ਆਉਂਦੀਆਂ, ਹੋਰ ਕੁਛ ਨਹੀਂ ਹੈ। ਲੋਕਾਂ ਨੂੰ ਸੁਵਿਧਾ ਦੇਣ ਵਾਲਾ ਆ ਸੁਵਿਧਾ ਕੇਂਦਰ ਤੁਹਾਨੂੰ ਦਿਖਾਇਆ ਅਤੇ ਰਾਜਪੁਰਾ ਦੇ ਮਾਨਯੋਗ SDM ਸਾਹਿਬ ਦਾ ਦਫ਼ਤਰ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਉਹਦੀ ਕੀ ਹਾਲਤ ਹੈ, ਸਫਾਈ ਦੀ ਕੀ ਹਾਲਤ ਹੈ। ਤੁਹਾਨੂੰ ਦਿਖਾਉਂਦੇ ਹਾਂ ਕਿ ਰਾਜਪੁਰੇ ਦੇ ਮਾਨਯੋਗ SDM ਸਾਹਿਬ ਦੇ ਬਿਲਕੁਲ ਦਫ਼ਤਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ। ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲਗਾਤਾਰ ਨਿਊਜ਼ 89 ਪੰਜਾਬ 'ਤੇ ਕਿ ਸਫਾਈ ਦੇ ਨਾਂ 'ਤੇ ਤੁਸੀਂ ਦੇਖੋ, ਜਦ SDM ਸਾਹਿਬ ਦੇ ਦਫ਼ਤਰ ਦੇ ਬਾਹਰ ਹੀ ਸਫਾਈ ਨਹੀਂ ਹੈ, ਤਾਂ ਰਾਜਪੁਰੇ ਸ਼ਹਿਰ ਨੂੰ ਸਫਾਈ ਕਰਾਉਣ ਵਾਲੇ, ਆਰਡਰ ਦੇਣ ਵਾਲੇ SDM ਸਾਹਿਬ ਜੋ ਆਪਣੇ ਦਫ਼ਤਰ ਦੇ ਬਾਹਰ ਸਫਾਈ ਨਹੀਂ ਕਰਵਾ ਸਕਦੇ, ਉਹ ਰਾਜਪੁਰੇ ਨੂੰ ਕਿਸ ਤਰ੍ਹਾਂ ਸਾਫ਼ ਸੁਥਰਾ ਰੱਖਣਗੇ? ਇਹ ਸਵਾਲ ਜਿਹੜਾ ਹੈ ਅਸੀਂ ਨਹੀਂ, ਇਹ ਲੋਕ ਜਿਹੜੇ ਹੈ ਰਾਜਪੁਰਾ ਸ਼ਹਿਰ ਦੇ ਲੋਕ ਜਿਹੜੇ ਪੁੱਛਣਾ ਚਾਹੁੰਦੇ ਹੈ ਮਾਨਯੋਗ SDM ਸਾਹਿਬ ਨੂੰ ਕਿ ਆਖਰ ਉਹਨਾਂ ਦੇ ਦਫ਼ਤਰ ਦੇ ਵਿੱਚ ਇੰਨੀ ਬੂਟੀ ਲੱਗੀ ਹੈ ਅਤੇ ਸ਼ਹਿਰ ਦੇ ਵਿੱਚ ਨਗਰ ਕੌਂਸਲ ਨੂੰ ਆਰਡਰ ਦੇਣ ਵਾਲੇ SDM ਸਾਹਿਬ ਕਿਸ ਤਰ੍ਹਾਂ ਜਿਹੜਾ ਹੈ ਸ਼ਹਿਰ ਦੀ ਸਫਾਈ ਕਰਾਉਣਗੇ? ਤੁਸੀਂ ਲਗਾਤਾਰ ਮੇਰੇ ਨਾਲ ਆਓ, ਮੈਂ ਤੁਹਾਨੂੰ ਦਿਖਾਉਂਦਾ ਹਾਲਤ SDM ਆਫਿਸ ਦੀ। ਤੁਸੀਂ ਇਹ ਲਿਫਟਾਂ ਜਿਹੜੀਆਂ ਬੰਦ ਹੈ, ਲਿਫਟ ਵੀ ਜਿਹੜੀ ਚੱਲ ਨਹੀਂ ਰਹੀ ਲੋਕਾਂ ਦੀ ਸੁਵਿਧਾ ਵਾਸਤੇ ਜਿਹੜੀ ਹੈ, ਇਹ ਲਿਫਟਾਂ ਵੀ ਜਿਹੜੀ ਹੈ ਬੰਦ ਹੈ। ਤੁਸੀਂ ਦੇਖ ਸਕਦੇ ਹੋ ਕਿ ਅਫਸਰਾਂ ਲਈ ਲਿਫਟ ਜਿਹੜੀ ਹੈ, ਜਾਂ ਤਾਂ ਇਹ ਅਫਸਰਾਂ ਵਾਸਤੇ ਚੱਲਦੀ ਹੋਣੀ
ਜਦ ਅਫਸਰ ਆਉਂਦੇ ਹੋਣੇ ਤਾਂ ਚਲਦੀ ਹੋਣੀ। ਟਾਈਮ ਹੋ ਚੁੱਕਿਆ, ਤੁਸੀਂ ਦੇਖ ਸਕਦੇ ਹੋ ਕਿ ਟਾਈਮ ਕੀ ਹੋ ਚੁੱਕਿਆ, 10:30 ਦਾ ਟਾਈਮ ਹੋ ਚੁੱਕਿਆ। ਅਤੇ ਮੈਨੂੰ ਨਹੀਂ ਲੱਗਦਾ ਕਿ ਹਜੇ ਤੱਕ ਕੋਈ ਵੀ ਜਿਹੜਾ ਹੈ ਵੱਡਾ ਅਫਸਰ ਜਿਹੜਾ ਹੈ ਮਿੰਨੀ ਸੈਕਟਰੀਏਟ ਦੇ ਵਿੱਚ ਇਸ ਟਾਈਮ ਮੌਜੂਦ ਹੈ। ਤਾਂ ਹੀ ਇਹ ਜਿਹੜੀਆਂ ਸ਼ਾਇਦ ਲਿਫਟਾਂ ਜਿਹੜੀਆਂ ਬੰਦ ਹੈ, ਜਾਂ ਫਿਰ ਇਹ ਲਿਫਟਾਂ ਜਿਹੜੀਆਂ ਕਦੀ ਚੱਲੀਆਂ ਹੀ ਨਹੀਂ। ਅਤੇ CCTV ਕੈਮਰੇ ਦੇ ਨਾਂ 'ਤੇ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾ ਰਹੇ ਕਿ CCTV ਕੈਮਰੇ ਜਿਹੜੇ ਬੰਦ ਹੈ, ਅਫਸਰਾਂ ਦੀ ਸੁਰੱਖਿਆ ਕਿਸ ਤਰ੍ਹਾਂ ਹੋਏਗੀ। ਅਫਸਰਾਂ ਦੇ ਨਾਲ ਦੋ ਦੋ ਚਾਰ ਚਾਰ ਪੰਜ ਪੰਜ ਗਨਮੈਨ ਜਿਹੜੇ ਹੁੰਦੇ ਆ। ਲੇਕਿਨ ਜੋ ਮਿੰਨੀ ਸੈਕਟਰੀਏਟ ਦੀ ਗੱਲ ਕਰੀਏ ਤਾਂ ਉਰੇ ਜਿਹੜੀ ਹੈ ਸੁਰੱਖਿਆ ਦੇ ਨਾਂ 'ਤੇ ਕੁਛ ਵੀ ਨਹੀਂ ਹੈ। ਜਿਹੜੇ ਕੈਮਰੇ ਆ ਉਹ ਵੀ ਜਿਹੜੇ ਹੈ ਬੰਦ ਪਏ ਆ। ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਮਿੰਨੀ ਸੈਕਟਰੀਏਟ ਦੀ ਕੀ ਹਾਲਤ ਹੈ। ਤੁਸੀਂ ਲਗਾਤਾਰ ਮੇਰੇ ਨਾਲ ਬਣੇ ਰਹੋ, ਮੈਂ ਤੁਹਾਨੂੰ ਦਿਖਾ ਰਿਹਾ। ਸੋ ਤੁਹਾਨੂੰ ਦਿਖਾ ਦਈਏ ਕਿ ਜਿਹੜੇ ਰਾਜਪੁਰਾ ਦੇ ਮਾਨਯੋਗ SDM ਸਾਹਿਬ ਦੇ ਜਿਹੜੇ ਦਫ਼ਤਰ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਆ, ਉਹਨਾਂ ਵਾਸਤੇ ਜਿਹੜਾ ਹੈ ਇਹ ਬਾਥਰੂਮ ਜਿਹੜਾ ਹੈ ਬਣਾਇਆ ਗਿਆ। ਤੁਸੀਂ ਦੇਖ ਸਕਦੇ ਹੋ ਲਿਖਿਆ ਕੇਵਲ ਦਫ਼ਤਰੀ ਸਟਾਫ ਲਈ। ਸੋ ਉਹਦੀ ਹਾਲਤ ਤੁਹਾਨੂੰ ਦਿਖਾਉਂਦੇ ਹਾਂ, ਦਫ਼ਤਰੀ ਸਟਾਫ ਦੇ ਜਿਹੜੇ ਟੋਇਲਟ ਦੀ ਹਾਲਤ ਦਿਖਾਉਂਦੇ ਹਾਂ। ਆਹ ਦੇਖੋ, ਇਹ PWD ਦੇ ਅਫਸਰਾਂ ਦਾ ਜਿਹੜਾ ਹੈ ਨਿਗਰਾਨੀ ਦੇ ਵਿੱਚ, ਜਿਹੜਾ ਮਿੰਨੀ ਸੈਕਟਰੀਏਟ ਜਿਹੜਾ ਰਹਿੰਦਾ ਉਹਦੀ ਦੇਖਭਾਲ ਕਰਨਾ ਜ਼ਿੰਮੇਵਾਰੀ ਜਿਹੜੀ ਹੈ ਰਾਜਪੁਰਾ ਦੇ PWD ਦੇ SDO ਦੀ ਹੈ। ਲੇਕਿਨ SDO ਸਾਹਿਬ ਸੁੱਤੇ ਪਏ ਆ ਕਿਤੇ, SDO ਸਾਹਿਬ ਨੂੰ ਮਿੰਨੀ ਸੈਕਟਰੀਏਟ ਨਜ਼ਰ ਨਹੀਂ ਆਉਂਦਾ। ਤੁਸੀਂ ਦੇਖੋ ਫਰਸ਼ ਸਾਰੇ ਟੁੱਟ ਚੁੱਕੇ ਹੈ, ਅਤੇ ਸ਼ਿੰਕਾ ਦਾ ਦੇਖੋ ਤੁਸੀਂ ਕੀ ਹਾਲ ਹੈ। ਮੈਂ ਪੁੱਛਣਾ ਚਾਹਾਂਗਾ PWD ਦੇ SDO ਸਾਹਿਬ ਨੂੰ ਕਿ ਕਦੀ ਉਹ ਉਹਨਾਂ ਨੇ ਕਦੀ ਰਾਜਪੁਰੇ ਦੇ ਮਿੰਨੀ ਸੈਕਟਰੀਏਟ ਜਿਹੜੀ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ, ਉਹਨਾਂ ਨੇ ਆ ਕੇ ਕਦੀ ਇਹਦੀ ਵਿਜ਼ਿਟ ਕੀਤਾ ਕਿ ਉਰੇ ਕੀ ਹਾਲਤ ਹੈ, ਉਹਨਾਂ ਦੀ ਬਿਲਡਿੰਗ ਦੀ ਕੀ ਹਾਲਤ ਹੈ। ਲੇਕਿਨ ਕੋਈ ਨਹੀਂ, ਅਫਸਰ ਜਿਹੜੇ ਹੈਗੇ ਉਹ ਸਿਰਫ AC ਕਮਰਿਆਂ ਦੇ ਵਿੱਚ ਬੈਠ ਕੇ ਜਿਹੜਾ ਹੈ ਸਿਰਫ ਲੋਕਾਂ ਦੇ ਜਾਂ ਆਪਣੇ ਕਰਮਚਾਰੀਆਂ 'ਤੇ ਹੁਕਮ ਚਲਾਉਣ ਦਾ ਇੱਕ ਸਿਰਫ ਜ਼ਰੀਆ ਹੈ, ਹੋਰ ਕੁਛ ਨਹੀਂ ਹੈ। ਲੇਕਿਨ ਜੋ ਸੁਵਿਧਾਵਾਂ ਲੋਕਾਂ ਨੂੰ ਦੇਣੀ ਚਾਹੀਦੀ ਹੈ ਉਹਦੇ ਵਾਸਤੇ ਲੋਕ ਜਿਹੜੇ ਹੈ ਅੱਜ ਪਰੇਸ਼ਾਨ ਹੋ ਰਹੇ ਹੈ ਮਿੰਨੀ ਸੈਕਟਰੀਏਟ ਦੇ ਵਿੱਚ। ਜੇ ਕਿਸੇ ਨੂੰ ਟੋਇਲਟ ਜਾਣਾ ਪੈ ਜਾਵੇ, ਕਿਸੇ ਨੂੰ ਲਿਫਟ ਵਾਸਤੇ ਲਿਫਟ ਦਾ ਇਸਤੇਮਾਲ ਕਰਨਾ ਹੋਵੇ, ਤਾਂ ਲਿਫਟ ਦੇ ਨਾਂ 'ਤੇ ਕੁਛ ਵੀ ਨਹੀਂ ਹੈ। ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ News 89 ਪੰਜਾਬ ਦਿਖਾ ਰਿਹਾ। ਤੁਸੀਂ ਬਣੇ ਰਹੋ, ਹਜੇ ਖਬਰ ਜਿਹੜੀ ਹੈ ਬਾਕੀ ਹੈ। ਸੋ ਜੇ ਗਰਮੀ ਇੰਨੀ ਪੈ ਰਹੀ ਹੈ ਅਤੇ ਪਾਣੀ ਦੀ ਜਿਹੜੀ ਹੈ ਵਿਵਸਥਾ ਕਰਨਾ ਰਾਜਪੁਰਾ ਦੇ ਮਾਨਯੋਗ SDM ਸਾਹਿਬ ਅਤੇ ਪ੍ਰਸ਼ਾਸਨ ਦਾ ਪਹਿਲਾ ਜਿਹੜਾ ਹੈ ਉਹ ਜਿਹੜਾ ਕਰਤੱਵ ਬਣਦਾ, ਜਿਹਨੂੰ ਕਹਿੰਦੇ ਹਾਂ ਕਿ ਲੋਕਾਂ ਨੂੰ ਪਾਣੀ ਮੁਹੱਈਆ ਕਰਾਉਣਾ ਸਰਕਾਰ ਦਾ ਪਹਿਲਾ ਹੱਕ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਵਾਟਰ ਕੂਲਰ ਦੇਖੋ ਕਿਸ ਤਰ੍ਹਾਂ ਜਰਜਰ ਹਾਲਤ ਦੇ ਵਿੱਚ ਪਏ ਹੈ ਉਰੇ। ਜਦ ਵਾਟਰ ਕੂਲਰ ਉਰੇ ਪਏ ਹੈ ਤਾਂ ਪਾਣੀ ਕਿੱਥੋਂ ਪੀਣਗੇ ਲੋਕ, ਤਾਂ ਬੁਰੀ ਹਾਲਤ ਲਗਾਤਾਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ। ਮੈਂ ਤੁਹਾਨੂੰ ਉਰੇ ਪਬਲਿਕ ਟੋਇਲਟ ਦੀ ਹਾਲਤ ਦਿਖਾਉਂਦਾ। ਤੁਸੀਂ ਦੇਖ ਸਕਦੇ ਹੋ ਕਿ ਇਹ ਮਿੰਨੀ ਸੈਕਟਰੀਏਟ ਦੇ ਚਾਰੋਂ ਤਰਫ ਤੁਹਾਨੂੰ ਦਿਖਾ ਰਹੇ, ਸਫਾਈ ਦਾ ਦੇਖੋ ਕਿਆ ਹਾਲ ਹੈ। ਇਹ ਦੇਖੋ, ਇਹ ਵਾਟਰ ਕੂਲਰ ਹੈ ਨਹੀਂ ਉਰੇ, ਵਾਟਰ ਕੂਲਰ ਪੀਣ ਦਾ ਪਾਣੀ ਜਿਹੜਾ ਲਿਖਿਆ ਉੱਪਰ, ਲੇਕਿਨ ਵਾਟਰ ਕੂਲਰ ਦੇ ਨਾਂ 'ਤੇ ਕੁਛ ਨਹੀਂ ਹੈ। ਅਤੇ ਪਬਲਿਕ ਟੋਇਲਟ ਮੈਂ ਤੁਹਾਨੂੰ ਦਿਖਾ ਦਾਂ ਕਿੰਨੀ ਬੁਰੀ ਹਾਲਤ ਹੈ, ਸਾਰੇ ਸਿੰਕ ਟੁੱਟੇ ਹੋਏ ਆ, ਤੁਸੀਂ ਦੇਖ ਸਕਦੇ ਹੋ। ਇਹ ਦੇਖੋ, ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਕਿ ਕਿਆ ਹਾਲਤ ਹੈ, ਆਹ ਦੇਖੋ। ਸੋ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਮਿੰਨੀ ਸੈਕਟਰੀਏਟ ਦੀ ਹਾਲਤ, ਕਿਉਂਕਿ ਮਿੰਨੀ ਸੈਕਟਰੀਏਟ ਆਪ ਜਿਹੜਾ ਹੈ ਗੁਹਾਰ ਲਾ ਰਿਹਾ ਕਿ ਮੈਨੂੰ ਠੀਕ ਕਰਾਓ, ਮੇਰਾ ਬੁਰਾ ਹਾਲ ਹੈ, ਮੇਰੀ ਹਾਲਤ ਜਿਹੜੀ ਹੈ ਤਰਸਯੋਗ ਹੈ। ਤਰਸਯੋਗ ਹਾਲਤ ਦੇ ਵਿੱਚ ਮਿੰਨੀ ਸੈਕਟਰੀਏਟ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ। ਤੁਸੀਂ ਬਣੇ ਰਹੋ News 89 ਪੰਜਾਬ ਦੇ ਨਾਲ। ਸੋ ਜੇ ਸੁਰੱਖਿਆ ਦੀ ਗੱਲ ਕੀਤੀ ਜਾਵੇ, ਜਿੱਥੇ ਮਿੰਨੀ ਸੈਕਟਰੀਏਟ ਦੇ ਵਿੱਚ CCTV ਕੈਮਰਿਆਂ ਦੀ ਕੋਈ ਵਿਵਸਥਾ ਨਹੀਂ ਹੈ, ਜੇ ਹੈ ਤਾਂ ਉਹ ਚੱਲ ਨਹੀਂ ਰਹੇ। ਦੂਜੇ ਪਾਸੇ ਦਿਖਾਉਂਦਾ, ਜੇ ਉਰੇ ਕੋਈ ਅੱਗ ਜਣੀ ਦੀ ਘਟਨਾ ਹੋ ਜਾਵੇ, ਕੋਈ ਅੱਗ ਲੱਗ ਜਾਵੇ ਰੱਬ ਨਾ ਕਰੇ, ਤਾਂ ਮੈਂ ਤੁਹਾਨੂੰ ਦਿਖਾਉਂਦਾ। ਆਹ ਦੇਖੋ, ਗੁਪਤਾ ਟ੍ਰੇਡਰਸ ਨੇ ਸਟਿੱਕਰ ਲਾਇਆ ਹੋਇਆ 2018-2019 ਤੋਂ ਬਾਅਦ ਕਿਆ ਇਹ ਫਾਇਰ ਦੇ ਜਿਹੜੇ ਇਕੁਪਮੈਂਟ ਆਏ, ਇਹ ਜਿਨ੍ਹਾਂ ਨੂੰ ਕਿਹਾ ਜਾਂਦਾ, ਇਹ
ਕਦੀ ਰਿਫਲ ਨਹੀਂ ਹੋਏ, ਕਦੀ ਇਹਨਾਂ ਦੀ ਜਾਂਚ ਨਹੀਂ ਹੋਈ। ਤੁਸੀਂ ਦੇਖ ਸਕਦੇ ਹੋ SDM ਸਾਹਿਬ ਨੂੰ ਇਹ ਤਸਵੀਰਾਂ ਜਿਹੜੀਆਂ ਹੈ ਉਹ ਜ਼ਰੂਰ ਦਿਖਾਉਣਾ ਚਾਹਾਂਗੇ। ਮੈਡਮ ਨੀਨਾ ਮਿੱਤਲ ਜਿਹੜੇ MLA ਦੇ ਜਿਹੜੇ ਰਾਜਪੁਰਾ ਦੇ ਮਾਣਯੋਗ MLA ਆ ਉਹਨਾਂ ਨੂੰ ਇਹ ਤਸਵੀਰਾਂ ਜ਼ਰੂਰ ਦਿਖਾਉਣਾ ਚਾਹਾਂਗੇ, ਕਿਉਂਕਿ ਅਕਸਰ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕੋਈ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਓ। ਜੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਂਦੇ ਹਾਂ ਅਸੀਂ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹਦਾ ਹੱਲ ਵੀ ਬੜੀ ਜਲਦੀ ਹੁੰਦਾ। ਤੁਸੀਂ ਦੇਖੋ ਮੈਡਮ, ਮੈਂ ਤੁਹਾਨੂੰ ਦਿਖਾ ਰਿਹਾ SDM ਸਾਹਿਬ, ਤੁਸੀਂ ਦੇਖੋ ਕਿ ਇਹ ਜਿਹੜੇ ਫਾਇਰ ਦੇ ਜਿਹੜੇ ਇਹ ਸਿਲੰਡਰ ਹੈ ਇਹ 2019 ਤੋਂ ਬਾਅਦ ਕਦੀ ਚੈੱਕ ਨਹੀਂ ਕੀਤੇ ਗਏ ਜਾਂ ਰਿਫਲ ਹੀ ਨਹੀਂ ਹੋਏ। ਜੇ ਉਰੇ ਅੱਗ ਲੱਗ ਜਾਵੇ ਤਾਂ ਇਹਦਾ ਜ਼ਿੰਮੇਵਾਰ ਆਖਰ ਕੌਣ ਹੋਏਗਾ? ਸੋ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ। ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਮਿੰਨੀ ਸੈਕਟਰੀਏਟ ਦੀ ਕੀ ਹਾਲਤ ਹੈ। ਸੋ ਗੱਲ ਕਰ ਲੈਂਦੇ ਹਾਂ, ਇਹ ਲਿਫਟ ਤਾਂ ਬੰਦ ਹੈ ਹੀ ਹੈ, ਇਹ ਲਿਫਟ ਦੇ ਕੋਲ ਵੀ ਦੇਖੋ ਇਹਦੀ ਹਾਲਤ ਦੇਖੋ ਵੀ ਇਹ ਕਿਹੜੀ ਡੇਟ ਹੈ। ਤੁਸੀਂ ਆਪ ਦੇਖ ਸਕਦੇ ਹੋ ਕਿ ਡੇਟਾਂ ਜਿਹੜੀਆਂ ਹੈ, ਇਹ ਸਟਿੱਕਰ ਵੀ ਜਿਹੜੇ ਗਲ ਚੁੱਕੇ ਹੈ, ਇਹ ਕਿਸੇ ਕੰਮ ਦੇ ਨਹੀਂ ਹੈ। ਜੇ ਕੱਲ੍ਹ ਨੂੰ ਕੋਈ ਅੱਗ ਦੀ ਦੁਰਘਟਨਾ ਉਰੇ ਕੋਈ ਅੱਗਜਨੀ ਹੋ ਜਾਵੇ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਏਗਾ? ਸਾਰੇ ਐਕਸਪਾਇਰੀ ਹੈ, ਸਾਰੇ ਐਕਸਪਾਇਰ ਹੋ ਚੁੱਕੇ ਹੈ ਅਤੇ ਕੋਈ ਵੀ ਨਹੀਂ ਜਿਹੜਾ ਹੈ ਇਹ ਚੱਲ ਰਿਹਾ। ਤੁਸੀਂ ਦੇਖ ਸਕਦੇ ਹੋ, ਆਪਾਂ ਸਾਰੇ ਚੈੱਕ ਕਰ ਲੈਂਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਤਸਵੀਰਾਂ ਦੇ ਤੁਹਾਨੂੰ ਦਿਖਾ ਰਹੇ ਹਾਂ, ਇਹਦੇ ਉੱਪਰ ਕੋਈ ਸਟਿੱਕਰ ਹੀ ਨਹੀਂ ਹੈ ਵੀ ਇਸ ਨੂੰ ਕਦ ਰਿਫਲ ਕੀਤਾ ਗਿਆ, ਕਦ ਇਹਨੂੰ ਚੈੱਕ ਕੀਤਾ ਗਿਆ। ਸੋ ਜੇ ਮਿੰਨੀ ਸੈਕਟਰੀਏਟ ਦੇ ਵਿੱਚ ਕੋਈ ਅੱਗ ਦੀ ਘਟਨਾ ਹੋ ਜਾਵੇ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ? ਉਹਦੀ ਜ਼ਿੰਮੇਵਾਰੀ SDM ਸਾਹਿਬ ਲੈਣਗੇ ਜਾਂ ਰਾਜਪੁਰੇ ਦਾ ਪ੍ਰਸ਼ਾਸਨ ਲਏਗਾ? ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਮਿੰਨੀ ਸੈਕਟਰੀਏਟ ਦੀ ਅੱਜ ਹਾਲਤ ਕੀ ਹੈ। ਇਹ ਦੇਖੋ ਲੱਖਾਂ ਕਰੋੜਾਂ ਦਾ ਜਿਹੜਾ ਹੈਗਾ ਬਜਟ ਹੁੰਦਾ ਹੈ ਮਿੰਨੀ ਸੈਕਟਰੀਏਟ ਦਾ, ਇਹ ਹਾਲਤ ਦੇਖੋ, ਸਾਰੀ ਚੀਜ਼ਾਂ ਜਿਹੜੀਆਂ ਹੈ ਬਰਬਾਦ ਹੋ ਰਹੀਆਂ ਅਤੇ ਲਗਾਤਾਰ ਤਸਵੀਰਾਂ ਦੇ ਵੀ ਤੁਹਾਨੂੰ ਦਿਖਾ ਰਹੇ ਹਾਂ। ਕੁਰਸੀਆਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ, ਇਹ ਮਿੰਨੀ ਸੈਕਟਰੀਏਟ ਦੀ ਕੁਰਸੀਆਂ ਤੁਸੀਂ ਦੇਖ ਸਕਦੇ ਹੋ ਕਿ ਪਬਲਿਕ ਕਿੱਥੇ ਆ ਕੇ ਬੈਠੇਗੀ। ਅਫਸਰ ਤਾਂ ਜਿਹੜੇ ਹੈ AC ਕਮਰਿਆਂ ਦੇ ਵਿੱਚ ਬੜੇ ਆਰਾਮ ਫਰਮਾ ਰਹੇ ਹੈ, ਵਧੀਆ ਵਧੀਆ ਕੁਰਸੀਆਂ 'ਤੇ ਬੈਠੇ ਹੈ, ਲੇਕਿਨ ਜਿਹੜੀ ਪਬਲਿਕ ਕੰਮ ਕਰਾਉਣ ਵਾਸਤੇ ਆਉਂਦੀ ਹੈ ਉਹ ਕਿੱਥੇ ਬੈਠੇਗੀ? ਉਹਨਾਂ ਵਾਸਤੇ ਕੀ ਵਿਵਸਥਾ? ਉਹਨਾਂ ਦੀਆਂ ਕੁਰਸੀਆਂ ਜਿਹੜੀਆਂ ਹੈ ਉਹ ਟੁੱਟੀਆਂ ਹੋਈਆਂ ਨਜ਼ਰ ਆ ਰਹੀਆਂ। ਤੁਸੀਂ ਹਾਲਤ ਦੇਖੋ, ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਮਿੰਨੀ ਸੈਕਟਰੀ ਦੇ। ਆਹ ਦੇਖੋ ਇਹ ਸਿਲੰਡਰ ਤੁਸੀਂ ਦੇਖ ਸਕਦੇ ਹੋ, ਮੈਂ ਕੈਮਰਾਮੈਨ ਨੂੰ ਕਹਾਂਗਾ ਇੱਧਰ ਆਣਗੇ। ਇਹਨਾਂ ਦੀਆਂ ਡੇਟਾ ਦੇਖੋ, ਅੱਜ ਤੱਕ ਕਿਸੇ ਨੇ ਇਹਨਾਂ ਦੇ ਉੱਤੇ ਕਦੀ ਮਿੱਟੀ ਸਾਫ਼ ਨਹੀਂ ਕੀਤੀ ਅਤੇ ਕਦੀ ਇਹਨਾਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਮਿੰਨੀ ਸੈਕਟਰੀਏਟ ਦੇ ਵਿੱਚ ਕੱਲ੍ਹ ਨੂੰ ਕੋਈ ਅੱਗ ਦੀ ਘਟਨਾ ਹੋ ਜਾਂਦੀ ਹੈ ਅਤੇ ਉਰੇ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਆਖਰ ਕੌਣ ਹੋਏਗਾ? ਸੋ ਆਪਾਂ ਪਹਿਲੀ ਮੰਜ਼ਿਲ 'ਤੇ ਆ ਗਏ ਹਾਂ, ਤੁਸੀਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ, ਕੋਈ ਟੋਇਲਟ ਇਹੋ ਜਿਹਾ ਨਹੀਂ ਜਿਹੜਾ ਸਹੀ ਹਾਲਤ ਦੇ ਵਿੱਚ ਹੋਵੇ। ਕੋਈ ਡਿਪਾਰਟਮੈਂਟ ਜਿਹੜਾ ਹੈ ਮਿੰਨੀ ਸੈਕਟਰੀਏਟ ਦੇ ਵਿੱਚ, ਕਈ ਡਿਪਾਰਟਮੈਂਟ ਜਿਹੜੇ ਬੈਠਦੇ ਹਨ ਲੇਕਿਨ ਕੋਈ ਅਫਸਰ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ। AC ਕਮਰਿਆਂ ਦੇ ਵਿੱਚ ਬੈਠ ਕੇ ਉਹ ਚਲੇ ਜਾਂਦੇ ਹੈ ਅਤੇ ਨਾ ਤਾਂ ਲੋਕਾਂ ਵਾਸਤੇ ਕੋਈ ਸੁਵਿਧਾ, ਨਾ ਲੋਕਾਂ ਵਾਸਤੇ ਬੈਠਣ ਦੀ ਵਿਵਸਥਾ ਅਤੇ ਨਾ ਕੋਈ ਪਾਣੀ ਦੀ ਵਿਵਸਥਾ। ਤੁਸੀਂ ਦੇਖ ਸਕਦੇ ਹੋ ਹਾਲਤ, ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਨਿਊਜ਼ 18 ਪੰਜਾਬ ਲਗਾਤਾਰ ਦਿਖਾ ਰਿਹਾ। ਸੋ ਤੁਹਾਡਾ ਇਸ ਬਾਰੇ ਦੇ ਵਿੱਚ ਕੀ ਕਹਿਣਾ, ਤੁਸੀਂ ਲਗਾਤਾਰ ਕਮੈਂਟ ਕਰਦੇ ਰਹੋ। ਆਪਾਂ ਹੁਣ ਚੱਲਦੇ ਹਾਂ ਇਸ ਤੋਂ ਉੱਪਰਲੀ ਮੰਜ਼ਿਲ 'ਤੇ, ਯਾਨੀ ਕਿ ਦੂਜੀ ਮੰਜ਼ਿਲ 'ਤੇ ਦੇਖਦੇ ਹਾਂ ਕੀ ਹਾਲ ਹੈ। ਸੋ ਅਸੀਂ ਮਿੰਨੀ ਸੈਕਟਰੀਏਟ ਦੀ ਤੀਜੀ ਮੰਜ਼ਿਲ 'ਤੇ ਆ ਚੁੱਕੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਉਰੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਦਫ਼ਤਰ ਹੈ। ਸੋ ਉਰੇ ਵੀ ਚੈੱਕ ਕਰ ਲੈਂਦੇ ਹਾਂ, ਉਰੇ ਸਫਾਈ ਦਾ ਇੰਤਜ਼ਾਮ ਤਾਂ ਮੈਨੂੰ ਪੂਰੇ ਲੱਗ ਰਹੇ ਹਨ, ਲੇਕਿਨ ਸਿਲੰਡਰ ਆਪਾਂ ਚੈੱਕ ਕਰਾਂਗੇ ਕਿ ਸਿਲੰਡਰ ਦੀ ਕੀ ਪੋਜੀਸ਼ਨ ਹੈ। ਤੁਸੀਂ ਦੇਖ ਸਕਦੇ ਹੋ ਕੋਈ ਸਿਲੰਡਰ ਦੇ ਉੱਤੇ ਕੋਈ ਵੀ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਅਤੇ ਬਲੋਕ ਐਜੂਕੇਸ਼ਨ ਆਫਿਸ ਦਾ ਆਫਿਸਰ ਦਾ ਦਫ਼ਤਰ ਹੈ ਉਹਦੇ ਬਾਹਰ ਜਿਹੜਾ ਇਹ ਸਿਲੰਡਰ ਲੱਗਿਆ ਹੈ ਅਤੇ ਇਹਦੀ ਕਦੀ ਜਾਂਚ ਨਹੀਂ ਕੀਤੀ ਗਈ। ਅਤੇ ਜੇ ਕੱਲ੍ਹ ਨੂੰ ਅੱਗਜਨੀ ਦੀ ਘਟਨਾ ਉਰੇ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਏਗਾ? ਲੇਕਿਨ ਸਫਾਈ ਦੇ ਪੂਰੇ ਪ੍ਰਬੰਧ ਹੈ। ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਉਰੇ ਕੀ ਹਾਲਤ ਹੈ। ਤੁਸੀਂ ਦੇਖ ਸਕਦੇ ਹੋ ਕਿ
ਉਰੇ ਵੀ ਜਿਹੜਾ ਹੈ ਆਪਾਂ ਪਬਲਿਕ ਟੋਇਲਟ ਜਿਹੜੇ ਹੈ ਉਹ ਚੈੱਕ ਕਰਾਂਗੇ। ਕੀ ਹਾਲ ਆ ਭਾਅ ਜੀ, ਠੀਕ ਹੋ? ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਹੈ, ਲਗਾਤਾਰ ਬਾਲ ਵਿਕਾਸ ਅਫਸਰ ਜਿਹੜੇ ਹੈ ਉਰੇ ਬੈਠਦੇ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਜਿਹੜੇ ਹੈ ਅਫਸਰਾਂ ਦੇ ਉਰੇ ਦਫ਼ਤਰ ਹੈ, ਅਤੇ ਆਪਾਂ ਅੱਗੇ ਜਿਹੜਾ ਹੈ ਟੋਇਲਟ ਚੈੱਕ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਇਹ DSP ਜਿਹੜੇ ਘਨੌਰ ਦਾ ਦਫ਼ਤਰ ਹੈ, ਅਤੇ ਉਰੇ ਬੈਠਣ ਦੀ ਵਿਵਸਥਾ ਮੈਨੂੰ ਠੀਕ ਲੱਗਦੀ ਹੈ। ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਇਹ ਮੀਟਿੰਗ ਹਾਲ ਜਿਹੜਾ ਹੈ ਬਣਾਇਆ ਗਿਆ, ਅਤੇ ਇਹ ਦੀਵਾਰਾਂ ਦੇਖੋ ਕੀ ਹਾਲਤ ਦੇ ਵਿੱਚ ਹੈ ਇਸ ਟਾਈਮ। ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਜਿਹੜਾ ਦਿਖਾਇਆ ਜਾ ਰਿਹਾ ਕਿ ਮਿੰਨੀ ਸੈਕਟਰੀਏਟ ਦੀ ਤੁਹਾਨੂੰ ਪੂਰੀ ਹਾਲਤ ਜਿਹੜੀ ਹੈ, ਅੱਜ ਤਰਸਯੋਗ ਹਾਲਤ ਜਿਹੜੀ ਹੈ News 89 Punjab ਤਸਵੀਰਾਂ ਦੇ ਵਿੱਚ। ਤੁਸੀਂ ਲਗਾਤਾਰ ਬਣੇ ਰਹੋ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਣੇ ਸ਼ਹਿਰ ਦਾ, ਆਪਣੇ ਮਿੰਨੀ ਸੈਕਟਰੀਏਟ ਦਾ ਸੁਧਾਰ ਹੋ ਸਕੇ। ਲੋ, ਇਹ ਪੀਣ ਦਾ ਪਾਣੀ ਜਿਹੜਾ ਕਿੱਥੋਂ ਪੀਣਗੇ ਲੋਕ ਪਾਣੀ, ਤੁਸੀਂ ਦੇਖ ਸਕਦੇ ਹੋ ਕਿ ਕਿੱਥੋਂ ਪੀਣਗੇ ਲੋਕ ਪਾਣੀ, ਅਤੇ ਉਹੀ ਗੱਲ ਆ ਜਾਂਦੀ ਹੈ ਦੀਵੇ ਤਲੇ ਹਨੇਰਾ। ਆਹ ਦੇਖੋ, ਇਹ ਸਿਲੰਡਰਾਂ ਦੀ ਹਾਲਤ ਦੇਖੋ, ਜਿੱਥੇ DSP ਘਨੌਰ ਦਾ ਦਫ਼ਤਰ ਹੈ ਉੱਥੇ ਸਿਲੰਡਰ ਦੇਖੋ ਤੁਸੀਂ, ਐਕਸਪਾਇਰੀ ਸਿਲੰਡਰ ਜਿਹੜੇ ਆ ਰੱਖੇ ਹੋਏ ਆ। ਜੇ ਕੱਲ੍ਹ ਨੂੰ ਕੋਈ ਗੱਲ ਹੋ ਗਈ ਤਾਂ ਇਹਦਾ ਜ਼ਿੰਮੇਵਾਰ ਆਖਰ ਕੌਣ ਹੋਏਗਾ? ਤੁਸੀਂ ਦੇਖ ਸਕਦੇ ਕੋਈ ਚੀਜ਼ ਟੁੱਟ ਜਾਂਦੀ ਹੈ ਅਤੇ ਅਫਸਰ ਜਿਹੜੇ ਹੈ ਇਹ ਸੋਚਦੇ ਕਿ ਇਹ ਸਰਕਾਰੀ ਹੈਗਾ ਤਾਂ ਇਹ ਸਰਕਾਰ ਦਾ ਕੰਮ ਹੈ ਠੀਕ ਕਰਾਉਣਾ। ਅਤੇ ਸ਼ੀਸ਼ੇ ਜਿਹੜੇ ਹੈ ਤੁਹਾਨੂੰ ਦਿਖਾ ਰਹੇ ਲਗਾਤਾਰ ਤਸਵੀਰਾਂ ਦੇ ਵਿੱਚ, ਜਿਹੜੇ ਸਰਕਾਰੀ ਬਾਬੂ ਹੈ ਉਹ AC ਕਮਰਿਆਂ ਦੇ ਵਿੱਚ ਬੈਠ ਕੇ ਚਲੇ ਜਾਂਦੇ ਆ, ਲੇਕਿਨ ਉਹਨਾਂ ਨੂੰ ਆਪਣੇ ਡਿਪਾਰਟਮੈਂਟਸ ਦਾ ਕੋਈ ਲੈਣਾ ਦੇਣਾ ਨਹੀਂ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਬੁਰਾ ਹਾਲ ਹੈ। ਕੈਮਰਾਮੈਨ ਦਿਖਾਉਣਗੇ ਇੱਕ ਵਾਰੀ ਅੰਦਰ ਜਾ ਕੇ, ਸ਼ਿੰਕਾਂ ਟੁੱਟੀਆਂ ਹੋਈਆਂ ਮਿੰਨੀ ਸੈਕਟਰੀਏਟ ਦੀਆਂ, ਅਤੇ ਬੁਰਾ ਹਾਲ ਹੈ। ਸਮੈਲ ਇੰਨੀ ਹੈ ਕਿ ਖੜ੍ਹਨਾ ਵੀ ਜਿਹੜਾ ਹੈ ਬੜਾ ਔਖਾ ਹੋਇਆ ਵਾ। ਇੱਧਰ ਦਿਖਾਉਣਗੇ ਕੈਮਰਾਮੈਨ, ਇਹ ਦੇਖੋ ਤੁਸੀਂ, ਜ਼ਿਆਦਾ ਦੇਰ ਅਸੀਂ ਖੜ੍ਹ ਨਹੀਂ ਸਕਦੇ, ਲੇਕਿਨ ਤੁਹਾਨੂੰ ਸਟੋਰੀ ਜ਼ਰੂਰ ਦਿਖਾ ਰਹੇ ਹਾਂ। ਇਹ ਸਟੋਰੀ ਇੰਨੀ ਕੁ ਤੁਸੀਂ ਸ਼ੇਅਰ ਕਰਕੇ ਵਾਇਰਲ ਕਰੋ, ਜਿਵੇਂ ਤੁਸੀਂ ਸਾਡੇ ਨਸ਼ੇ ਵਾਲੀ ਕੀਤੀ ਹੈ ਕੱਲ੍ਹ, ਜਿਹੜੀ ਕੀਤੀ ਹੈ, ਜਿਹੜੀ ਖਬਰਾਂ ਕਰ ਰਹੇ ਹੋ ਲਗਾਤਾਰ ਤੁਸੀਂ, ਅਤੇ ਉਹਨੂੰ ਸ਼ੇਅਰ ਕਰ ਰਹੇ ਹੋ, ਸਰਕਾਰ ਤੱਕ ਪਹੁੰਚ ਰਹੀ ਹੈ ਤਾਂ ਹੀ ਇਸ 'ਤੇ ਕਾਰਵਾਈ ਹੋ ਰਹੀ ਹੈ। ਅਤੇ ਤੁਸੀਂ ਲਗਾਤਾਰ ਜਿਹੜਾ ਹੈ ਇਸ ਨੂੰ ਸ਼ੇਅਰ ਕਰਦੇ ਜਾਓ ਬਸ ਆਪਣੇ ਆਪ। ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੱਕ ਇਹ ਤਸਵੀਰਾਂ ਪਹੁੰਚ ਜਾਣਗੀਆਂ ਕਿ ਆਖਰ ਜਿਹੜੇ ਹਰ ਸਾਲ ਜਿਹੜਾ ਬਜਟ ਆਉਂਦਾ ਹੈ ਇਹਨਾਂ ਨੂੰ ਰੀਫਿਲ ਕਰਨ ਦਾ, ਅਤੇ ਇਹ ਉਹੀ ਦੇ ਉਹੀ ਲੱਗੇ ਹੋਏ, ਉਹ ਬਜਟ ਕਿੱਥੇ ਚਲਾ ਜਾਂਦਾ ਸਾਰਾ। ਤੁਸੀਂ ਦੇਖੋ ਵੀ ਇਹ ਸਾਰੇ ਐਕਸਪਾਇਰੀ ਹੋ ਚੁੱਕੇ ਹੈ। ਕੋਈ ਵੀ ਜਿਹੜਾ ਹੈ ਕੱਲ੍ਹ ਨੂੰ ਕੋਈ ਵੀ ਦੁਰਘਟਨਾ ਹੋ ਗਈ ਉਰੇ ਅੱਗ ਜਣੀ ਦੀ, ਤਾਂ ਕੌਣ ਜ਼ਿੰਮੇਵਾਰ ਹੋ ਗਿਆ? ਨਾ ਕੋਈ ਲਿਫਟ ਦਾ ਇੰਤਜ਼ਾਮ, ਨਾ ਕੋਈ ਪਾਣੀ ਦਾ ਇੰਤਜ਼ਾਮ, ਨਾ ਫਰਸ਼ ਅੱਛੇ, ਨਾ ਕੁਛ ਵੀ। ਤੁਸੀਂ ਦੇਖ ਸਕਦੇ ਹੋ ਕੋਈ ਵੀ ਚੀਜ਼ ਜਿਹੜੀ ਹੈ ਉਹ ਮੈਨੂੰ ਸਹੀ ਨਜ਼ਰ ਨਹੀਂ ਆ ਰਹੀ। ਸੋ ਆਪਾਂ ਫਿਰ ਇੱਕ ਵਾਰ ਥੱਲੇ ਚੱਲਦੇ ਹਾਂ, ਸੋ ਆਪਾਂ ਵਾਪਸ ਥੱਲੇ ਚੱਲਦੇ ਹਾਂ। ਸਾਰਾ ਮਿੰਨੀ ਸੈਕਟਰੀਏਟ ਦਾ ਹਾਲ ਦਿਖਾਇਆ, ਤੁਸੀਂ ਆਪ ਆ ਕੇ ਦੇਖੋਗੇ ਸਾਰਾ, ਤਾਂ ਵੀਡੀਓ ਕਾਫੀ ਲੰਬੀ ਹੋ ਜਾਏਗੀ ਜੇ ਆਪਾਂ ਇੱਕ ਇੱਕ ਚੀਜ਼ ਤੁਹਾਨੂੰ ਦਿਖਾਈਏ। ਸਫਾਈ ਦੇ ਪ੍ਰਬੰਧ ਦੇਖੋ, ਆਹ ਦੇਖੋ, ਆਹ ਦੇਖੋ ਕਿੰਨੀ ਸੋਹਣੀ ਸਫਾਈ ਕੀਤੀ ਹੋਈ ਹੈ। ਨਗਰ ਕੌਂਸਲ ਦਾ ਇਹ ਕੰਮ ਹੈ ਸਫਾਈ ਦਾ, ਜਾਂ SDM ਸਾਹਿਬ ਨੇ ਕਰਾਉਣੀ ਹੈ? ਇਹ ਸਵਾਲ ਜਿਹੜਾ ਹੈ SDM ਸਾਹਿਬ ਨੂੰ ਹੀ ਪੁੱਛਣਾ ਬਣਦਾ, ਕਿਉਂਕਿ SDM ਸਾਹਿਬ ਜਿਹੜੇ ਆ ਉਹ ਸ਼ਹਿਰ ਦੇ ਮਾਲਕ ਕਹੇ ਜਾਂਦੇ ਆ। ਦੇਖਦੇ ਹਾਂ ਹੁਣ ਇਸ ਖਬਰ ਦਾ ਕਿਆ ਅਸਰ ਹੁੰਦਾ। ਜੇ ਅਸੀਂ ਪੂਰੀ ਵੀਡੀਓ ਬਣਾਉਂਦੇ ਹਾਂ ਤਾਂ ਵੀਡੀਓ 2 ਘੰਟੇ ਦੀ ਬਣ ਜਾਏਗੀ, ਲੇਕਿਨ ਮਿੰਨੀ ਸੈਕਟਰੀਏਟ ਦਾ ਕੋਈ ਵੀ ਜਿਹੜਾ ਹੈ ਸੁਧਾਰ ਨਜ਼ਰ ਨਹੀਂ ਆਏਗਾ। ਹੁਣ ਆਪਾਂ ਚੱਲਦੇ ਹਾਂ ਥੱਲੇ, ਆਹ ਦੇਖੋ ਇਹ ਸ਼ਾਮ ਨੂੰ ਜਿਹੜਾ ਮਿੰਨੀ ਸੈਕਟਰੀਏਟ ਦੇ ਵਿੱਚ ਇਹ ਦਾਰੂ ਵੀ ਚੱਲਦੀ ਹੈ, ਦੇਸੀ ਦਾਰੂ।
ਉਰੇ ਕੋਈ ਸੁਰੱਖਿਆ ਦੇ ਇੰਤਜ਼ਾਮ ਨਹੀਂ ਹੈ, ਬੈਂਕ ਬਣਿਆ ਹੋਇਆ ਅਤੇ ਕੀ ਬਣੇਗਾ ਸੈਕਟਰੀਏਟ ਦਾ, ਜਿਹੜਾ ਰਾਬੀ ਮਾਲਕ ਹੈ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਇੰਨੀਆਂ ਕੁ ਵਾਇਰਲ ਕਰ ਦਿਓ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇਖਣ ਉਹ ਆ ਕੇ ਗਏ ਆ ਸੈਕਟਰੀਏਟ ਦੇ ਵਿੱਚ। ਜੇ ਇੱਕ ਚੱਕਰ ਲਾ ਲੈਂਦੇ ਤਾਂ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗ ਜਾਂਦਾ ਕਿ ਗਰਾਊਂਡ ਜ਼ੀਰੋ ਤੋਂ ਅਸਲੀਅਤ ਕੀ ਹੈ, ਕਿ ਲੋਕ ਆਖਰ ਉਹਨਾਂ ਤੋਂ ਚਾਹੁੰਦੇ ਕਿਆ ਹੈ। ਰਾਜਪੁਰਾ ਦੀ ਮਾਨਯੋਗ ਵਿਧਾਇਕਾ ਮੈਡਮ ਨੀਨਾ ਮਿੱਤਲ ਜਿਹੜੇ ਹੈ ਉਹਨਾਂ ਦੇ ਵੀ ਧਿਆਨ ਦੇ ਵਿੱਚ ਇਹ ਲਿਆਉਣਾ ਚਾਹਾਂਗੇ, ਕਿਉਂਕਿ ਉਹ ਵੀ ਜਿਹੜਾ ਹੈ ਮਿੰਨੀ ਸੈਕਟਰੀਏਟ ਦੇ ਵਿੱਚ ਆਉਂਦੇ ਆ ਅਤੇ ਥੱਲੋਂ ਜਿਹੜੇ ਹੈ ਉਹ ਹੋ ਕੇ ਚਲੇ ਜਾਂਦੇ ਆ, ਲੇਕਿਨ ਅੱਜ ਤੱਕ ਉਹਨਾਂ ਨੇ ਮਿੰਨੀ ਸੈਕਟਰੀਏਟ ਦਾ ਦੌਰਾ ਨਹੀਂ ਕੀਤਾ। ਜੇ ਉਹ ਦੌਰਾ ਕਰਨ ਤਾਂ ਉਹਨਾਂ ਨੂੰ ਕਾਫੀ ਕਮੀਆਂ ਜਿਹੜੀਆਂ ਮਿਲਣਗੀਆਂ। ਅਸੀਂ ਉਹਨਾਂ ਨੂੰ ਵੀ ਇਹੀ ਬੇਨਤੀ ਕਰਨਾ ਚਾਹਾਂਗੇ ਕਿ ਇੱਕ ਵਾਰ ਉਹ ਮਿੰਨੀ ਸੈਕਟਰੀਏਟ ਦਾ ਦੌਰਾ ਜ਼ਰੂਰ ਕਰਨ ਅਤੇ ਮਿੰਨੀ ਸੈਕਟਰੀਏਟ ਦੇ ਵਿੱਚ ਆ ਕੇ ਦੇਖਣ ਕਿ ਮਿੰਨੀ ਸੈਕਟਰੀਏਟ ਦੇ ਵਿੱਚ ਲੋਕ ਕਿੰਨਾ ਪਰੇਸ਼ਾਨ ਹੋ ਰਹੇ ਆ ਅਤੇ ਕੀ ਸੁਵਿਧਾਵਾਂ ਦੀ ਲੋੜ ਹੈ ਲੋਕਾਂ ਵਾਸਤੇ। ਨਾ ਲਿਫਟ ਚੱਲ ਰਹੀ ਹੈ, ਨਾ ਪੀਣ ਦਾ ਪਾਣੀ ਹੈ, ਕੋਈ ਵੀ ਜਿਹੜਾ ਇੰਤਜ਼ਾਮ ਨਹੀਂ ਹੈ। ਸੋ ਅਸੀਂ ਆ ਗਏ ਹਾਂ ਰਾਜਪੁਰਾ ਦੇ ਮਾਨਯੋਗ ਤਹਿਸੀਲਦਾਰ ਸਾਹਿਬ ਦੇ ਦਫ਼ਤਰ ਦੇ ਕੋਲ। ਤੁਸੀਂ ਦੇਖੋ ਕਿ ਲੋਕਾਂ ਦੇ ਬੈਠਣ ਵਾਸਤੇ ਕੋਈ ਵੀ ਜਿਹੜੀ ਹੈ ਉਰੇ ਸੁਵਿਧਾਵਾਂ ਨਜ਼ਰ ਨਹੀਂ ਆ ਰਹੀਆਂ, ਲੇਕਿਨ ਹਾਂ ਇਹ ਸਿਲੰਡਰ ਜ਼ਰੂਰ ਰੋ ਰਹੇ ਹੈ। 2019 ਤੋਂ ਬਾਅਦ ਚੀਕਾਂ ਮਾਰਦੇ ਨਜ਼ਰ ਆ ਰਹੇ ਕਿ ਸਾਨੂੰ ਸਾਡੀ ਸੁੱਧ ਲੈ ਲਓ, ਸਾਨੂੰ ਰੀਫਲ ਕਰਾ ਦਿਓ, ਅਸੀਂ ਐਕਸਪਾਇਰੀ ਹੋ ਚੁੱਕੇ ਹਾਂ। ਜੇ ਕੱਲ੍ਹ ਨੂੰ ਅੱਗ ਲੱਗ ਗਈ ਤਾਂ ਸਾਨੂੰ ਬਹੁਤ ਸ਼ਰਮ ਆਏਗੀ ਕਿ ਅਸੀਂ ਜਦ ਅੱਗ ਬੁਝਾਉਣ ਦੇ ਕਾਬਲ ਨਹੀਂ ਰਵਾਂਗੇ। ਸੋ ਲਗਾਤਾਰ ਇਹ ਤਸਵੀਰਾਂ ਨੂੰ ਤੁਸੀਂ ਵਾਇਰਲ ਕਰਨਾ, ਲਗਾਤਾਰ ਇਸ ਵੀਡੀਓ ਨੂੰ ਤੁਸੀਂ ਵਾਇਰਲ ਕਰਨਾ, ਲਗਾਤਾਰ ਤੁਹਾਨੂੰ ਦਿਖਾ ਰਹੇ ਕਿ ਮਿੰਨੀ ਸੈਕਟਰੀਏਟ ਦਾ ਕੀ ਹਾਲ ਹੈ। ਆਓ, ਤੁਹਾਨੂੰ ਦਿਖਾਇਆ ਹੀ ਹੈ ਪਹਿਲਾਂ ਟੋਇਲਟ ਵਗੈਰਾ ਦਾ ਹਾਲ ਅਤੇ ਕੀ ਹਾਲ ਹੈ। ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ ਕਿ ਨਿਊਜ਼ 89 ਜੋ ਇਹ ਲੋਕਾਂ ਦੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾ ਰਿਹਾ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ। ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਰਜਰ ਕਰਦੀਆਂ ਇਹ ਦੀਵਾਰਾਂ, ਬਿਨਾਂ ਵਾਟਰ ਕੂਲਰ ਦੇ ਇਹ ਜਗ੍ਹਾ ਜਿਹੜੀਆਂ ਪੀਣ ਦਾ ਪਾਣੀ ਲਿਖਿਆ ਹੋਇਆ, ਇਹਦੇ ਬਾਰੇ ਤੁਸੀਂ ਕੀ ਕਹਿਣਾ। ਹੁਣ ਆਪਾਂ ਚੱਲਦੇ ਹਾਂ ਬਾਹਰ। ਸੋ ਲਗਾਤਾਰ ਤੁਹਾਨੂੰ ਦਿਖਾ ਰਹੇ ਕਿ ਕੋਈ ਲੋਕਾਂ ਨੂੰ ਦੇਖੋ ਤੁਸੀਂ ਪਾਰਕਿੰਗ ਜਿੱਥੇ ਮਰਜ਼ੀ ਜਿਹੜੀ ਹੈ ਲਾ ਦਿੰਦੇ ਹਾਂ, ਮਿੰਨੀ ਸੈਕਟਰੀਏਟ ਦੇ ਵੀ ਕੋਈ ਪੁੱਛਣ ਵਾਲਾ ਨਹੀਂ ਹੈ। ਇਹ ਤੁਸੀਂ ਦੇਖ ਸਕਦੇ ਹੋ ਕਿ ਬੂਟੀ, ਇਹ ਬੂਟੀ ਕੋਈ ਕੱਟਦਾ ਨਹੀਂ, ਨਗਰ ਕੌਂਸਲ ਆਪ ਪੱਲਾ ਝਾੜ ਦਿੰਦੀ ਹੈ ਅਤੇ SDM ਸਾਹਿਬ ਜਾਂ ਤਾਂ ਉਹ ਸਿਰਫ ਆਪਣੇ ਜਿੱਥੇ ਗੱਡੀ ਖੜੀ ਕਰਦੇ ਆ ਉੱਥੇ ਤੱਕ ਆਉਂਦੇ ਆ ਅਤੇ ਉਸ ਤੋਂ ਬਾਅਦ ਚਲੇ ਜਾਂਦੇ ਆ। ਲੇਕਿਨ ਇਹ ਜੇ ਦੇਖਣ SDM ਸਾਹਿਬ ਤਸਵੀਰਾਂ ਤਾਂ ਅੱਜ ਮਿੰਨੀ ਸੈਕਟਰੀਏਟ ਦੀ ਤਰਸ ਯੋਗ ਹਾਲਤ ਦੇਖ ਕੇ ਉਹਨਾਂ ਨੂੰ ਵੀ ਕਾਫੀ ਦੁੱਖ ਹੋਏਗਾ ਕਿ ਮੈਂ ਮਿੰਨੀ ਸੈਕਟਰੀਏਟ ਦਾ ਹੱਥ ਕਰ ਦੌਰਾ ਕਿਉਂ ਨਹੀਂ ਕਰਿਆ। ਤੁਸੀਂ ਬੂਟੀ ਦਾ ਤੁਸੀਂ ਦੇਖ ਸਕਦੇ ਹੋ ਕਿ ਬੂਟੀ ਦਾ ਕੀ ਹਾਲ ਹੈ। ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਆਖਰ ਮਿੰਨੀ ਸੈਕਟਰੀਏਟ ਦੀ ਸਾਰ ਕੌਣ ਲਏਗਾ। ਤੁਸੀਂ ਦੇਖੋ ਜੰਗਲ ਬਣਿਆ ਹੋਇਆ, ਆਹ ਦੇਖੋ। ਅਸੀਂ ਇਸ ਕਰਕੇ ਜਿਹੜਾ ਹੈ ਇਹ ਖਬਰ ਲਾਈਵ ਚਲਾ ਰਹੇ ਹਾਂ ਇਸ ਤਰ੍ਹਾਂ ਹੀ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਅਸੀਂ ਕੋਈ ਕੱਟ ਨਹੀਂ ਕਰ ਰਹੇ ਵਿੱਚ। ਇਹ ਦੇਖੋ ਪਾਰਕ ਬਣਾਇਆ ਗਿਆ ਸੀਗਾ ਇੰਨੇ ਪੈਸੇ ਖਰਚ ਕਰਕੇ, ਇਹ ਪਾਰਕ ਬਣਾਇਆ ਗਿਆ ਸੀਗਾ। ਦੇਖੋ ਇਹਦੇ ਅੰਦਰ ਕੋਈ ਜਾ ਹੀ ਨਹੀਂ ਸਕਦਾ, ਕੈਮਰਾਮੈਨ ਨੂੰ ਕਹਾਂਗਾ ਦਿਖਾਉਣਗੇ। ਬੂਟੀ ਦਾ ਬੁਰਾ ਹਾਲ ਹੈ, ਸਫਾਈ ਦਾ ਕੋਈ ਇੰਤਜ਼ਾਮ ਨਹੀਂ ਹੈ। ਸੋ ਖਬਰ ਜਿਹੜੀ ਹੈ ਉਹ ਕਾਫੀ ਲੰਬੀ ਹੋ ਚੁੱਕੀ ਹੈ ਅਤੇ ਦੇਖਣਾ ਵੀ ਜਿਹੜਾ ਹੈ ਉਹ ਕਾਫੀ ਟਾਈਮ ਲੋਕਾਂ ਕੋਲ ਥੋੜ੍ਹਾ ਹੁੰਦਾ, ਲੇਕਿਨ ਕੀ ਕਰੀਏ, ਸੈਕਟਰੀਏਟ ਦੀ ਹਾਲਤ ਤੁਹਾਨੂੰ ਦਿਖਾਉਣੀ ਬਹੁਤ ਜ਼ਰੂਰੀ ਸੀ ਕਿਉਂਕਿ ਲੋਕਾਂ ਦੇ ਕਾਫੀ ਫੋਨ ਆ ਰਹੇ ਸੀ ਕਿ ਮਿੰਨੀ ਸੈਕਟਰੀਏਟ ਦੀ ਹਾਲਤ ਤੁਹਾਨੂੰ ਅਸੀਂ ਜ਼ਰੂਰ ਦਿਖਾਈਏ। ਅਤੇ ਕੀ ਕਹਿਣਾ ਹੈ ਇਸ ਵੀਡੀਓ ਦੇ ਬਾਰੇ ਦੇ ਵਿੱਚ, ਜੋ ਅਸੀਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਦੀਵੇ ਤਲੇ ਹਨੇਰਾ ਜਿਹੜੀ ਕਹਾਵਤ ਬਣੀ ਸੀ ਉਹ ਕਿਸੇ ਮਹਾਨ ਆਦਮੀ ਨੇ ਇਸ ਤਰ੍ਹਾਂ ਨਹੀਂ ਬਣਾਈ ਸੀ। ਦੀਵਾ ਜਿਹੜਾ ਹੈ ਉਹ ਕਹਿੰਦਾ ਕਿ ਸਾਰੇ ਜੱਗ ਨੂੰ ਜਿਹੜਾ ਹੈ ਉਹ ਰੋਸ਼ਨ ਕਰਦਾ, ਲੇਕਿਨ ਦੀਵੇ ਦੇ ਤਲੇ ਜਿਹੜਾ ਥੱਲੇ ਜਿਹੜਾ ਹੁੰਦਾ ਉਹ ਹਨੇਰਾ ਹੁੰਦਾ, ਉਸਨੂੰ ਕੌਣ ਦੇਖੇਗਾ। ਇਹ ਉਹੀ ਅੱਜ ਕਹਾਵਤ ਜਿਹੜੀ ਹੈ ਮਿੰਨੀ ਸੈਕਟਰੀਏਟ ਦੇ ਸੈੱਟ ਬੈਠਦੀ ਹੈ
ਕਿ ਦੀਵੇ ਤਲੇ ਹਨੇਰਾ, ਕਿਉਂਕਿ ਲੋਕਾਂ ਨੂੰ ਜਿਹੜਾ ਹੈ ਲੋਕਾਂ ਦੀ ਪਰੇਸ਼ਾਨੀ ਤੋਂ ਬਾਹਰ ਕੱਢਣ ਵਾਲਾ ਮਿੰਨੀ ਸੈਕਟਰੀਏਟ ਅੱਜ ਬਹੁਤ ਵੱਡੀ ਪਰੇਸ਼ਾਨੀ ਦੇ ਵਿੱਚ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਾਂ ਮੈਡਮ ਨੀਨਾ ਮਿੱਤਲ ਜੋ MLA ਰਾਜਪੁਰਾ ਦੇ, ਉਹਨਾਂ ਤੱਕ ਇਹ ਵੀਡੀਓ ਪਹੁੰਚੇ ਅਤੇ ਇਸ ਮਿੰਨੀ ਸੈਕਟਰੀਏਟ ਦਾ ਕੁਛ ਬਣ ਸਕੇ। ਕੈਮਰਾਮੈਨ ਮੋਹਿਤ ਦੇ ਨਾਲ ਸੰਦੀਪ ਚੌਧਰੀ, ਨਿਊਜ਼ 18 ਪੰਜਾਬ। News 89 Punjab, har khabar jis da hove asar।